ਜਿਨ੍ਹਾਂ ਦੇ ਬਾਲ ਕੱਟਨੇ ਆ ਗੰਜੇ ਨੇ ਉਹ ਤਾਂ ਹੇਅਰ ਟ੍ਰਾਂਸਪਲਾਂਟ ਦੇ ਵਿੱਚ ਲੱਖਾਂ ਰੁਪਈਆ ਲਾ ਦਿੰਦੇ, ਪਰ ਤੁਸੀਂ ਫ੍ਰੀ ਦੇ ਵਿੱਚ ਉਹਨਾਂ ਦਾ ਇਲਾਜ ਕਰ ਦਿੰਦੇ ਹੋ, ਇਹ ਕਿਵੇਂ? ਹਾਂਜੀ ਬਿਲਕੁਲ, ਮੈਂ ਬਿਲਕੁਲ ਫ੍ਰੀ ਦੇਖਦਾ, ਮੈਂ ਦਵਾਈ ਦੇ ਪੈਸੇ ਲੱਗਦੇ ਨੇ ਤੇ ਬਿਲਕੁਲ ਫ੍ਰੀ ਦੇਖਦਾ, ਉਹਦਾ ਕੋਈ ਪੈਸੇ ਨਹੀਂ ਲੈਂਦੇ। ਤੁਸੀਂ ਇਲਾਜ ਵੀ ਕਿਵੇਂ ਕਰਦੇ ਹੋ? ਜਿਵੇਂ ਬਾਕੀ ਤਾਂ ਲੱਖਾਂ ਰੁਪਈਆ ਕਹਿੰਦੇ, ਇੰਨਾ ਵੱਡਾ ਟ੍ਰੀਟਮੈਂਟ ਹੁੰਦਾ, ਪਰ ਤੁਸੀਂ ਅਜਿਹਾ ਕਿਹੜਾ ਇਲਾਜ ਕਰਦੇ ਹੋ ਜਿਹੜਾ ਫ੍ਰੀ ਦੇ ਵਿੱਚ ਹੋ ਜਾਂਦਾ? ਉਹ ਇਸ ਤਰ੍ਹਾਂ ਕਹਿੰਦੇ, ਇਹ 'ਚ ਬਾਲ ਹੁੰਦਾ ਕੈਸਾ, ਉਹ ਜਦੋਂ ਆਪਾਂ ਦੇਸੀ ਦੀਵਾ ਕੋਈ ਨਜ਼ਦੀਕ ਕਰਦੇ ਹਾਂ ਲਿਸ਼ਕਦਾ, ਉਹਨੂੰ ਵੀ ਲੱਭਦਾ ਜਿਹਨੂੰ ਬਖਸ਼ ਹੋਵੇ। ਸਰ ਤੁਸੀਂ ਜਿਵੇਂ ਤੁਹਾਨੂੰ ਬਖਸ਼ ਹੋਈ ਹੈ, ਤੇ ਕਿੰਨਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦੇ? ਸਰ 70 ਸਾਲ ਹੋ ਗਏ ਨੇ ਇਹ ਕੰਮ ਕਰਦੇ। ਮੈਂ 26 ਸਾਲ ਦੀ ਆਪਣੇ ਪਿਤਾ ਜੀ ਕੋਲੋਂ ਇਹ ਬੜਾ ਇਸ ਤਰ੍ਹਾਂ ਸੀ, ਮੇਰੇ ਪਿਤਾ ਜੀ ਨੇ ਆਪਣੇ ਪਿਤਾ ਜੀ ਕੋਲੋਂ ਦਾਦੇ ਪੜਦਾਦੇ ਨੂੰ ਲੈ ਚਲਦੀ ਆਈ। ਫ੍ਰੀ ਦਾ ਕਿਵੇਂ ਸੋਚਿਆ ਕਿ ਮੈਂ ਫ੍ਰੀ ਦੇ ਵਿੱਚ ਹੀ ਮਤਲਬ ਲੋਕਾਂ ਦਾ ਇਲਾਜ ਕਰਾਂ? ਦੇਖੋ, ਮੈਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ, ਮੈਂ ਫ੍ਰੀ ਕਰਨਾ ਚਾਹੁੰਦਾ। ਮੇਰਾ ਮਨ ਕਹਿੰਦਾ ਮੈਂ ਪੈਸਾ ਦੇਣਾ ਵਾ, ਗਰੀਬ ਆਦਮੀ ਆਉਂਦਾ, ਅਮੀਰ ਵੀ ਆਉਂਦਾ, ਗਰੀਬ ਵੀ ਆਉਂਦਾ, ਪਰ ਸਭ ਨੂੰ ਮੈਂ